ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪ ਜੀ ਦੇ ਨਾਲ ਪੰਜੀਰੀ ਜਾਂ ਦਾਬੜੇ ਦੀ ਰੈਸਪੀ ਸ਼ੇਅਰ ਕਰਾਂਗੇ, ਜੋ ਕਿ ਬੱਚੇ ਦੇ ਜਨਮ ਤੋਂ ਬਾਅਦ ਘੱਟੋ ਘੱਟ ਸਵਾ ਮਹੀਨੇ ਲਈ ਮਾਂ ਨੂੰ ਛਕਣੀ ਚਾਹੀਦੀ ਹੈ। ਇਸ ਦੇ ਛਕਣ ਨਾਲ ਮਾਂ ਦੀ ਸਿਹਤ ਬਹੁਤ ਵਧੀਆ ਹੋ ਜਾਂਦੀ ਹੈ। ਕਦੇ ਵੀ ਬੈਕ ਪੇਨ, ਕਮਰ ਦਰਦ ਜਾਂ ਸਰੀਰ ਵਿੱਚ ਹੋਰ ਕੋਈ ਘਾਟ ਨਹੀਂ ਰਹਿੰਦੀ। ਇਸ ਰੈਸਪੀ ਦੀ ਖਾਸੀਅਤ ਇਹ ਹੈ ਕਿ ਸਾਡੀਆਂ ਦਾਦੀਆਂ ਨਾਨੀਆਂ ਵਾਲੀ ਪੁਰਾਤਨ ਓਰਿਜਨਲ ਰੈਸਪੀ ਹੈ, ਜੋ ਅੱਜ ਕੱਲ੍ਹ ਅਲੋਪ ਹੋ ਰਹੀ ਹੈ ਅਤੇ ਸੁੱਕੀ ਜਿਹੀ ਪੰਜੀਰੀ ਵਿੱਚ ਬਦਲ ਚੁੱਕੀ ਹੈ। ਅਸੀਂ ਇਸ ਚੈਨਲ 'ਤੇ ਇਹ ਕੁਕਿੰਗ ਦੀਆਂ ਵੀਡੀਓਜ਼ ਦਿਖਾਉਣ ਦੀ ਜ਼ਰੂਰਤ ਇਸ ਕਰਕੇ ਸਮਝਦੇ ਹਾਂ ਕਿਉਂਕਿ ਯੂਟਿਊਬ 'ਤੇ ਕਿਤੇ ਵੀ ਸਰਬਲੋਭ ਵਿਵੇਕ ਦੇ ਧਾਰਨੀ ਗੁਰਸਿੱਖਾਂ ਲਈ ਸਰਬਲੋਭ ਵਿੱਚ ਵਿਵੇਕੀ ਭੋਜਨ ਤਿਆਰ ਕਰਨ ਦੀ ਸਿਖਲਾਈ ਨਹੀਂ ਮਿਲਦੀ। ਇਹ ਵੀਡੀਓਜ਼ ਵੇਖ ਕੇ ਸ਼ੁੱਧ ਇਨਗਰੀਡੀਅੰਟਸ ਵਰਤ ਕੇ ਵਿਵੇਕੀ ਭੋਜਨ ਤਿਆਰ ਕਰਨਾ ਬਹੁਤ ਆਸਾਨ ਹੋ ਜਾਵੇਗਾ। ਸਭ ਤੋਂ ਪਹਿਲਾਂ ਆਪਾਂ ਟੁੱਟੀ ਸੁੱਚੀ ਕਰਦੇ ਹਾਂ। ਹੁਣ ਆਪਾਂ ਹੱਥ ਚੰਗੀ ਤਰ੍ਹਾਂ ਉੱਪਰ ਤੱਕ ਧੋਣੇ। ਆਪਣੇ ਕੜੇ ਵੀ ਚੰਗੀ ਤਰ੍ਹਾਂ ਸੁੱਚੇ ਕਰ ਲੈਣੇ ਆਪਾਂ। ਇਹ ਕੱਪੜਾ ਹੁਣ ਆਪਾਂ ਸੁੱਚਾ ਕਰਕੇ ਕਾਊਂਟਰ ਸੁੱਚਾ ਕਰਾਂਗੇ। ਹੁਣ ਆਪਾਂ ਕਾਊਂਟਰ ਸਾਫ ਕਰਦੇ ਹਾਂ ਜਿਹਦੇ ਉੱਤੇ ਆਪਾਂ ਕੰਮ ਕਰਨਾ ਸਾਰਾ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਅੱਜ ਦੀ ਪੰਜੀਰੀ ਜਾਂ ਦਾਬੜਾ ਬਣਾਉਣ ਲਈ ਆਪਾਂ ਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਅਤੇ ਕਿੰਨਾ ਸਮਾਨ ਚਾਹੀਦਾ। ਇਹ ਹੈਗੇ 500 ਗ੍ਰਾਮ ਬਦਾਮ, 500 ਗ੍ਰਾਮ ਅਖਰੋਟ, 500 ਗ੍ਰਾਮ ਕਾਜੂ, 400 ਗ੍ਰਾਮ ਸੁੰਡ, 200 ਗ੍ਰਾਮ ਚਾਰ ਮਗਜ, 200 ਗ੍ਰਾਮ ਸੌਂਫ, 100 ਗ੍ਰਾਮ ਅਜਵੈਣ, 50 ਗ੍ਰਾਮ ਚਾਰ ਗੂੰਦ, 25 ਗ੍ਰਾਮ ਕਮਰਕਸ ਅਤੇ ਇਹ 200 ਗ੍ਰਾਮ ਸੌਗੀ, ਜਿਹਨੂੰ ਕਿ ਕਿਸ਼ਮਿਸ਼ ਵੀ ਕਹਿੰਦੇ ਆ ਅਤੇ ਦਾਖਾਂ ਵੀ ਕਹਿੰਦੇ ਆ। ਅਤੇ ਇਹ ਹੁਣ ਆਪਾਂ 3 ਕਿਲੋ ਦੇਸੀ ਘਿਓ ਲਿਆ, 1.5 ਕਿਲੋ ਹੋਲ ਵੀਟ ਆਟਾ ਲਿਆ ਆਪਾਂ, ਅਤੇ 2 ਕਿਲੋ ਮਿੱਠੇ ਲਈ ਸ਼ੱਕਰ ਲਈ ਆਪਾਂ। ਅਤੇ ਇਹ ਸ਼ੱਕਰ 2 ਕਿਲੋ ਅਸੀਂ ਲਈ ਆ, ਇਹਦੇ ਨਾਲ ਮੀਡੀਅਮ ਜਿਹਾ ਮਿੱਠਾ ਹੋਣਾ। ਅਤੇ ਜੇਕਰ ਕੋਈ ਜ਼ਿਆਦਾ ਮਿੱਠਾ ਪਸੰਦ ਕਰਦਾ ਤੁਸੀਂ 2.5 ਕਿਲੋ ਜਾਂ 3 ਕਿਲੋ ਵੀ ਪਾ ਸਕਦੇ ਹਾਂ। ਅਤੇ ਜੇ ਘੱਟ ਮਿੱਠਾ ਖਾਂਦੇ ਹਾਂ ਤੁਸੀਂ ਘੱਟ ਪਾ ਲਓ, ਆਪਣੇ ਸਵਾਦ ਦੇ ਅਨੁਸਾਰ ਤੁਸੀਂ ਸ਼ੱਕਰ ਯੂਜ਼ ਕਰ ਸਕਦੇ ਹਾਂ। ਬਣਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹ 2-3 ਚੀਜ਼ਾਂ ਜਿਹੜੀਆਂ ਪੀਸ ਲੈਣੀਆਂ, ਇਹ ਬਦਾਮ, ਅਖਰੋਟ ਅਤੇ ਕਾਜੂ। ਇਹਨਾਂ ਨੂੰ ਆਪਾਂ ਗ੍ਰਾਈਂਡ ਵੀ ਕਰ ਸਕਦੇ ਹਾਂ ਫੂਡ ਪ੍ਰੋਸੈਸਰ ਯੂਜ਼ ਕਰਕੇ। ਜੇ ਫੂਡ ਪ੍ਰੋਸੈਸਰ ਨਹੀਂ ਹੈਗਾ ਤਾਂ ਆਪਾਂ ਕੱਪੜੇ ਦੇ ਵਿੱਚ ਪਾ ਕੇ ਵੇਲਣੇ ਦੇ ਨਾਲ ਕੁੱਟ ਕੇ ਇਹਨਾਂ ਨੂੰ ਆਪਾਂ ਪੀਸ ਸਕਦੇ ਹਾਂ। ਸੋ ਆਪਾਂ ਇਹਨਾਂ ਨੂੰ ਪੀਸਾਂਗੇ। ਸਭ ਤੋਂ ਪਹਿਲਾਂ ਦੇਖੋ ਪੀਸ ਹੋ ਗਿਆ ਸਾਰਾ ਕੁਛ। ਇਹਨੂੰ ਆਪਾਂ ਹੁਣ ਇੱਕ ਥਾਲ ਦੇ ਵਿੱਚ ਕੱਢ ਲਾਂਗੇ। ਹੁਣ ਆਪਾਂ ਸਟੋਵ ਔਨ ਕਰਾਂਗੇ ਮੀਡੀਅਮ ਹੀਟ ਦੇ ਉੱਤੇ। ਆਪਾਂ ਇਹ ਕੜਾਹੀ ਰੱਖੀ ਆ, ਇੱਕ ਆਪਾਂ ਨੂੰ ਖੁਰਚਣਾ ਚਾਹੀਦਾ ਅਤੇ ਆਪਾਂ ਸੌਂਫ ਨੂੰ ਥੋੜ੍ਹੀ ਜਿਹੀ ਗਰਮ ਕਰਨਾ ਕਿਉਂਕਿ ਪੀਸਣ ਤੋਂ ਪਹਿਲਾਂ ਇਹਨੂੰ ਗਰਮ ਕਰਨਾ ਜ਼ਰੂਰੀ ਹੁੰਦਾ। ਸੋ ਇਹਦੇ ਵਿੱਚ ਆਪਾਂ ਸੌਂਫ ਪਾ ਦਾਂਗੇ। ਇਹਨੂੰ ਨਾਲ ਦੀ ਨਾਲ ਹਿਲਾਈ ਜਾਣਾ ਕਿ ਜੇ ਨਹੀਂ ਹਿਲਾਈ ਤਾਂ ਸੜ ਸਕਦੀ ਆ। ਥੋੜ੍ਹਾ ਜਿਹਾ ਇਹਦਾ ਜਦੋਂ ਕਲਰ ਚੇਂਜ ਹੋਣ ਲੱਗ ਪਿਆ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਗਰਮ ਹੋ ਗਈ ਆ, ਥੋੜ੍ਹੀ ਜਿਹੀ ਭੁੰਨ ਹੋ ਗਈ ਆ। ਹਾਂਜੀ, ਸੌਂਫ ਦਾ ਦੇਖੋ ਕਲਰ ਚੇਂਜ ਹੋ ਗਿਆ। ਅਤੇ ਹੁਣ ਆਪਾਂ ਇਹਨੂੰ ਕੜਾਹੀ ਦੇ ਵਿੱਚੋਂ ਕੱਢ ਲੈਣਾ ਤਾਂ ਕਿ ਸੜ ਨਾ ਜਾਵੇ। ਲਓ ਜੀ, ਸੌਂਫ ਪੀਸ ਹੋ ਕੇ ਤਿਆਰ ਆ। ਇਹਨੂੰ ਆਪਾਂ ਗ੍ਰਾਈਂਡਰ ਦੇ ਵਿੱਚ ਵੀ ਕਰ ਸਕਦੇ ਹਾਂ, ਨਹੀਂ ਤਾਂ ਹਮਾਮ ਦਸਤੇ ਦੇ ਨਾਲ ਵੀ, ਹੱਥ ਦੇ ਨਾਲ ਵੀ ਕਰ ਸਕਦੇ ਹਾਂ। ਹੁਣ ਆਪਾਂ ਕੜਾਹੀ ਨੂੰ ਮੀਡੀਅਮ ਹੀਟ 'ਤੇ ਰੱਖ ਲਿਆ। ਇਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਘਿਓ ਪਾਵਾਂਗੇ। ਅਤੇ ਇਹਦੇ ਵਿੱਚ ਆਪਾਂ 4 ਗੂੰਦ ਪੀਸੇ ਹੋਏ ਇਹ ਪਾ ਦਿੰਦੇ ਹਾਂ, ਅਤੇ ਕਮਰਕਸ ਇਹ ਵੀ ਪੀਸਿਆ ਹੋਇਆ। ਇਹਨੂੰ ਆਪਾਂ ਪਾ ਕੇ ਆਪਾਂ ਥੋੜ੍ਹਾ ਜਿਹਾ ਭੁੰਨਣਾ, ਬਸ ਥੋੜ੍ਹਾ ਜਿਹਾ ਭੁੰਨ ਕੇ ਇਹਨੂੰ, ਫਿਰ ਬਾਕੀ ਜੋ ਸਮਾਨ ਆਪਾਂ ਪਾਇਆ ਉਹਦੇ ਵਿੱਚ ਪਾ ਲੈਣਾ।
ਘਿਓ ਥੋੜ੍ਹਾ ਘੱਟ ਲੱਗਦਾ, ਘਿਓ ਥੋੜ੍ਹਾ ਹੋਰ ਆਪਾਂ ਪਾਉਂਦੇ ਹਾਂ। ਭੁੰਨਦੇ ਹੋਏ ਇਹਨੂੰ ਹਿਲਾਈ ਜਾਣਾ ਤਾਂ ਕਿ ਥੱਲਿਓਂ ਸੜ ਨਾ ਜਾਵੇ ਇੱਕ ਪਾਸਿਓਂ। ਹਾਂਜੀ, ਇਹ ਹੁਣ ਭੁੱਜ ਗਏ ਕਮਰਕਸ ਅਤੇ ਚਾਰ ਗੂੰਦ। ਇਹਨੂੰ ਆਪਾਂ ਹੁਣ ਸੇਕ ਤੋਂ ਉਤਾਰ ਕੇ ਇੱਕ ਪਾਸੇ ਰੱਖ ਲੈਣਾ। ਹੁਣ ਆਪਾਂ ਅਸਲੀ ਦਾਬੜਾ ਜਾਂ ਪੰਜੀਰੀ ਬਣਾਉਣੀ ਸ਼ੁਰੂ ਕਰਦੇ ਹਾਂ। ਸਟੋਵ ਔਨ ਕਰ ਲਿਆ ਆਪਾਂ ਮੀਡੀਅਮ ਹੀਟ 'ਤੇ। ਇਹਦੇ ਵਿੱਚ ਹੁਣ ਆਪਾਂ ਘਿਓ ਜਿਹੜਾ ਲਿਆ ਸੀ ਉਹ ਪਾਵਾਂਗੇ। ਘਿਓ ਥੋੜ੍ਹਾ ਗਰਮ ਹੋ ਜਾਵੇ ਫਿਰ ਇਹਦੇ ਵਿੱਚ ਆਪਾਂ ਆਟਾ ਪਾ ਦੇਣਾ। ਘਿਓ ਗਰਮ ਹੋ ਗਿਆ, ਹੁਣ ਆਪਾਂ ਇਹਦੇ ਵਿੱਚ ਹੋਲ ਵੀਟ ਆਟਾ ਪਾਵਾਂਗੇ। ਆਟੇ ਨੂੰ ਭੁੰਨਣਾ ਆਪਾਂ, ਨਾਲ ਦੀ ਨਾਲ ਹਿਲਾਈ ਜਾਣਾ, ਇਹਨੂੰ ਸੜਨ ਨਹੀਂ ਦੇਣਾ। ਹਾਂਜੀ, ਨਹੀਂ ਤਾਂ ਬਾਅਦ ਵਿੱਚ ਸੜੇ ਦਾ ਸਵਾਦ ਆਊਗਾ। ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਆਟਾ ਘੱਟ ਅਤੇ ਘਿਓ ਜ਼ਿਆਦਾ ਹੈ। ਜਦੋਂ ਵੀ ਆਪਾਂ ਦਾਬੜਾ ਜਾਂ ਪੰਜੀਰੀ ਬਣਾਉਂਦੇ ਹਾਂ ਤਾਂ ਇਸ ਦੇ ਵਿੱਚ ਘਿਓ ਇੰਨੀ ਹੀ ਮਾਤਰਾ ਦੇ ਵਿੱਚ ਹੋਣਾ ਚਾਹੀਦਾ, ਘੱਟ ਨਹੀਂ ਹੋਣਾ ਚਾਹੀਦਾ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਸਾਧ ਸੰਗਤ ਜੀ, ਜਦੋਂ ਵੀ ਆਪਾਂ ਸ਼ਕਣ ਨੂੰ ਕੁਛ ਬਣਾਉਣਾ ਅਤੇ ਨਾਲ ਦੀ ਨਾਲ ਆਪਾਂ ਪਾਠ ਜ਼ਰੂਰ ਕਰਨਾ। ਇਸ ਵੇਲੇ ਆਪਾਂ ਵੀਡੀਓ ਬਣਾ ਰਹੇ ਹਾਂ ਤਾਂ ਸਾਨੂੰ ਨਾਲ ਦੱਸਣਾ ਪੈ ਰਿਹਾ, ਨਹੀਂ ਤਾਂ ਆਪਾਂ ਬਿਲਕੁਲ ਗੱਲਾਂ ਨਹੀਂ ਕਰਨੀਆਂ ਹੁੰਦੀਆਂ। ਪਾਠ ਕਰਨਾ ਹੁੰਦਾ, ਨਾਮ ਜਪਣਾ ਹੁੰਦਾ, ਤਾਂ ਕਿ ਜਿਹੜਾ ਵੀ ਇਹਨੂੰ ਛਕੇ ਉਹਦੇ ਉੱਤੇ ਚੰਗਾ ਅਸਰ ਪਵੇ, ਉਹਦਾ ਮਨ ਸਿੱਖੀ ਵੱਲ ਨੂੰ ਹੋਵੇ, ਪਾਪਾਂ ਤੋਂ ਦੂਰ ਰਹੇ। ਜੇ ਕੋਈ ਸਿੱਖੀ ਵੱਲ ਨੂੰ ਪਰਿਵਾਰ ਦੇ ਵਿੱਚ ਨਹੀਂ ਹੈਗਾ ਤਾਂ ਉਸਨੂੰ ਸਿੱਖੀ ਵੱਲ ਲਿਆਉਣ ਦਾ ਇਹ ਸਭ ਤੋਂ ਸੌਖਾ ਤਰੀਕਾ ਕਿ ਤੁਸੀਂ ਜਦੋਂ ਵੀ ਛਕਣ ਨੂੰ ਕੁਛ ਬਣਾਉਂਦੇ ਹਾਂ, ਭੋਜਨ ਤਿਆਰ ਕਰਦੇ ਹਾਂ, ਪ੍ਰਸ਼ਾਦਾ ਤਿਆਰ ਕਰਦੇ ਹਾਂ, ਅਤੇ ਉਸ ਵੇਲੇ ਤੁਸੀਂ ਨਾਲ ਦੀ ਨਾਲ ਪਾਠ ਕਰੋ। ਬਹੁਤ ਹੀ ਪ੍ਰੇਮ ਦੇ ਨਾਲ ਤੁਸੀਂ ਉੱਚੀ ਬੋਲ ਕੇ ਪਾਠ ਕਰੋ ਅਤੇ ਉਸ ਦਾ ਅਸਰ ਫਿਰ ਛਕਣ ਵਾਲੇ 'ਤੇ ਜ਼ਰੂਰ ਹੁੰਦਾ। ਹੁਣ ਆਟਾ ਕਾਫੀ ਭੁੱਜ ਚੱਲਿਆ ਅਤੇ ਇਸ ਦੇ ਵਿੱਚ ਆਪਾਂ ਹੁਣ ਸੁੰਡ ਐਡ ਕਰ ਦੇਣੀ। ਭੋਜਨ ਤਿਆਰ ਕਰਦੇ ਸਮੇਂ ਜੋ ਵੀ ਆਪਾਂ ਮੂੰਹ 'ਚੋਂ ਬੋਲਦੇ ਹਾਂ, ਜੋ ਵੀ ਆਪਾਂ ਮਨ ਵਿੱਚ ਸੋਚਦੇ ਹਾਂ, ਉਸ ਦਾ ਅਸਰ ਛਕਣ ਵਾਲੇ ਦੇ ਉੱਤੇ ਬਹੁਤ ਹੁੰਦਾ। ਸੋ ਕਦੀ ਵੀ ਕੋਈ ਐਸਾ ਕੰਮ ਨਹੀਂ ਕਰਨਾ ਜਿਹੜਾ ਛਕਣ ਵਾਲੇ ਦੇ ਉੱਤੇ ਬੁਰਾ ਅਸਰ ਪਵੇ। ਨਾ ਗੱਲਾਂ ਕਰਨੀਆਂ, ਨਾ ਨਿੰਦਾ ਚੁਗਲੀ ਕਰਨੀ, ਨਾ ਹੀ ਕੋਈ ਗਲਤ ਬੋਲ ਬੋਲਣੇ। ਬਸ ਗੁਰਬਾਣੀ ਪੜ੍ਹਨੀ, ਕੀਰਤਨ ਕਰਨਾ, ਨਾਮ ਜਪਣਾ। ਹੁਣ ਬਸ ਆਪਣਾ ਆਟਾ ਅਤੇ ਸੁੰਡ ਦੋਨੋਂ ਹੀ ਭੁੱਜਣ ਵਾਲੇ ਆ। ਦੇਖੋ, ਆਟੇ ਦਾ ਰੰਗ ਵੀ ਬਦਲ ਗਿਆ ਅਤੇ ਨਾਲ ਹੀ ਸੁੰਡ ਦਾ ਰੰਗ ਵੀ ਬਦਲ ਗਿਆ। ਆਪਾਂ ਇਸ ਨੂੰ ਸਾੜਨਾ ਨਹੀਂ, ਪਰ ਇਸ ਨੂੰ ਥੋੜ੍ਹਾ ਬਰਾਊਨ ਕਰਨਾ ਕਿ ਚੰਗੀ ਤਰ੍ਹਾਂ ਭੁੱਜ ਜਾਵੇ। ਫਿਰ ਇਸ ਦੇ ਵਿੱਚ ਆਪਾਂ ਸਾਰੇ ਨਟਸ ਅਤੇ ਬਾਕੀ ਸਾਰਾ ਸਮਾਨ ਐਡ ਕਰ ਦੇਣਾ। ਹਾਂਜੀ, ਸਾਧ ਸੰਗਤ ਜੀ, ਜਿਵੇਂ ਆਪਾਂ ਹੁਣੇ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਭੋਜਨ ਤਿਆਰ ਕਰਦੇ ਸਮੇਂ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ, ਇਸੇ ਤਰ੍ਹਾਂ ਇੱਕ ਵਾਰੀ ਹੋਇਆ ਸੀ ਕਿ ਇੱਕ ਬੀਬੀ ਜੀ ਸੀ, ਇੱਥੇ ਟੋਰੋਂਟੋ ਦੇ ਵਿੱਚ ਹੀ ਰਹਿੰਦੇ ਸੀ, ਅਤੇ ਉਹ ਗੁਰਸਿੱਖਾਂ ਪਾਸ ਆਏ ਅਤੇ ਉਹਨਾਂ ਨੇ ਦੱਸਿਆ ਕਿ ਉਹ ਅੰਮ੍ਰਿਤ ਛਕਣਾ ਚਾਹੁੰਦੇ ਆ। ਉਹਨਾਂ ਦਾ ਬਹੁਤ ਸਿੱਖੀ ਨਾਲ ਪਿਆਰ ਸੀ, ਪਰ ਉਹਨਾਂ ਦੇ ਪਤੀ ਕੇਸ ਵੀ ਕਤਲ ਕਰਦੇ ਸੀ ਅਤੇ ਨਾਲ ਸ਼ਰਾਬ ਪੀਂਦੇ ਸੀ। ਸੋ ਬੜੇ ਦੁਖੀ ਸੀ ਇਸ ਗੱਲ ਤੋਂ, ਅਤੇ ਉਹਨਾਂ ਨੇ ਗੁਰਸਿੱਖਾਂ ਨੂੰ ਪੁੱਛਿਆ ਕਿ ਮੈਂ ਕੀ ਕਰਾਂ ਜਿਸ ਦੇ ਨਾਲ ਮੇਰੇ ਪਤੀ ਵੀ ਸਿੱਖੀ ਵੱਲ ਨੂੰ ਲੱਗ ਜਾਣ ਤਾਂ ਕਿ ਮੈਂ ਅੰਮ੍ਰਿਤ ਛਕ ਸਕਾਂ। ਸੋ ਗੁਰਸਿੱਖਾਂ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਦੋਂ ਵੀ ਭੋਜਨ ਤਿਆਰ ਕਰਦੇ ਆ ਤਾਂ ਤੁਸੀਂ ਹਮੇਸ਼ਾ ਪਾਠ ਕਰਿਆ ਕਰੋ, ਹੋਰ ਕੋਈ ਗੱਲਬਾਤ ਨਾ ਕਰਿਓ, ਬਸ ਪਾਠ ਕਰੋ। ਕੋਈ ਗੁੱਸਾ ਨਹੀਂ ਉਸ ਵੇਲੇ ਕਰਨਾ, ਕੋਈ ਹੋਰ ਮਨ ਦੇ ਵਿੱਚ ਖਿਆਲ ਨਹੀਂ ਲਿਆਉਣੇ, ਨਿੰਦਾ ਚੁਗਲੀ ਨਹੀਂ ਕਰਨੀ। ਸੋ ਬੀਬੀ ਜੀ ਨੇ ਇਸੇ ਤਰ੍ਹਾਂ ਕੀਤਾ ਕਿ ਉਹਨਾਂ ਨੇ ਜਦੋਂ ਵੀ ਭੋਜਨ ਤਿਆਰ ਕਰਨਾ ਅਤੇ ਉਹਨਾਂ ਨੇ ਪਾਠ ਕਰਨਾ, ਬੜੇ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਉਹਨਾਂ ਨੇ ਪਾਠ ਕਰਕੇ ਭੋਜਨ ਤਿਆਰ ਕਰਨਾ, ਅਤੇ ਉਹੀ ਭੋਜਨ ਫਿਰ ਉਹਨਾਂ ਨੇ ਆਪਣੇ ਪਤੀ ਜੀ ਨੂੰ ਛਕਾਉਣਾ। ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਦੇ ਪਤੀ ਨੇ ਇੱਕ ਦਿਨ ਕੇਸ ਰੱਖ ਲਏ ਅਤੇ ਕੇਸ ਰੱਖ ਕੇ ਉਹ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ, ਅਤੇ ਹੁਣ ਉਹ ਸਾਰਾ ਪਰਿਵਾਰ ਅੰਮ੍ਰਿਤਧਾਰੀ, ਉਹਨਾਂ ਦੇ ਬੱਚੇ ਅੰਮ੍ਰਿਤਧਾਰੀ। ਸੋ ਇਸ ਤਰ੍ਹਾਂ ਗੁਰਸਿੱਖਾਂ ਦੇ ਬਚਨਾਂ ਦਾ ਫਲ ਉਹਨਾਂ ਨੂੰ ਮਿਲਿਆ ਅਤੇ ਸੇਵਾ ਕਰਨ ਦਾ, ਪਾਠ ਕਰਨ ਦਾ ਫਲ ਉਹਨਾਂ ਨੂੰ ਮਿਲਿਆ। ਸੋ ਪਰਿਵਾਰ ਸਾਰਾ ਸਿੱਖੀ ਵੱਲ ਲੱਗ ਗਿਆ ਅਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਹੋ ਗਈਆਂ।
देखो जी हुण तैयार हो गया बिल्कुल। हुण इस तों पहलां कि ये सड़न लगे आपां हुण इस दे विच सारा समान ऐड कर देना। ये जो कमरकस ते चार गूंद आपां तैयार कीते सी ये विच मिक्स कर देने। जवैन पा देनी, सौंफ पा देनी, चार मगज, दाखां पा देनियां, ते ये नट्स जो आपां ग्राइंड कीते सी ये पा दे। ये सारा समान पा के आपां इसनूं बहुत चंगी तरह मिक्स करना। तुसीं देखिया होना कि किन्ना हैल्थी समान इहदे विच पिया, जो कि एक बीबी जो बच्चे नूं जन्म दिंदी आ उहदे लई ये छकना बहुत जरूरी है। हुण इस विच आपां शक्कर पा देनी, इसनूं चंगी तरह मिक्स कर देना। देखो जी पंजीरी जां दाबड़ा बन के हुण बिल्कुल तैयार है। तो तुसी देख रहे हो घिओ की मात्रा इस विच किन्नी वधिया नज़र आ रही है। इस तरह इस विच घिओ तुरदा फिरदा नज़र आना चाहिए, ये सुक्का जिहा नहीं होना चाहिए। इस नूं छकण तो बाद शरीर विच किते भी कोई दर्द नहीं हुंदा, ना बैक पेन हुंदी, ना कमर विच दर्द हुंदा, ते ना ही कदी कमजोरी महसूस हुंदी है। सो सारिया मावां नूं बच्चे दे जन्म तो बाद ये पंजीरी जां दाबड़ा जरूर छकना चाहिए। आस करते हैं कि तुहानू ये रैसपी पसंद आई होगी। तुसी जरूर ये रैसपी ट्राई करियो ते साडे नाल अपने विचार सांझे करियो कि आप जी नूं ये रैसपी किस तरह लगी। वाहिगुरू जी का खालसा, वाहिगुरू जी की फतेह। होली इन्नी स्वाद हद हो गई।